ਤੇ ਆਪਾਂ ਡੇਰੀ ਫਾਰਮ ਦੇ ਵਿੱਚ ਨੁਕਸਾਨ ਵੀ ਵੇਖਿਆ ਕੋਈ ਬਹੁਤ? ਪਹਿਲੀ ਗਾਂ ਆਪਣੀ 22,000 ਦੀ ਆਈ ਸੀ 12 ਲੀਟਰ ਦੁੱਧ ਵਾਲੀ, ਹਾਂਜੀ ਹਾਂਜੀ, ਪੂਰੇ ਦਿਨ ਚ 12 ਲੀਟਰ ਦੁੱਧ ਸੀ। ਹਾਂਜੀ, ਉਸ ਤੋਂ ਪਹਿਲਾਂ ਤਾਂ ਉਹ ਪਸ਼ੂ 50 ਲੀਟਰ ਬੰਨ ਕੇ ਨੀ ਦੇ ਸਕਦਾ। ਸੰਗਲ ਪਾ ਕੇ ਤੁਸੀਂ ਉਹਦਾ 50 ਲੀਟਰ ਦੁੱਧ ਨੀ ਚੋ ਸਕਦੇ, ਖੁੱਲਾ ਰੱਖਣਾ ਪਊਗਾ। ਹਾਂ, ਉਹ ਖੁੱਲਾ ਤਾਂ ਬਹੁਤ ਜ਼ਰੂਰੀ ਹੈ। 20 ਤੋਂ ਪਲੱਸ ਜਿਹੜਾ ਐਨੀਮਲ ਜਾਊਗਾ ਤੁਹਾਨੂੰ ਉਹਨੂੰ ਖੁੱਲਾ ਹੀ ਰੱਖਣਾ ਪਊਗਾ, ਵੀ ਜੇ ਜੇ ਉਹਨੂੰ ਤੁਸੀਂ ਬੰਨੋਗੇ ਤਾਂ ਤੁਹਾਡੀ ਜਾਨ ਨੂੰ ਜਾਣੀ ਉਹਨੇ ਸਿਆਪੀ ਜੀ। ਆਪਣੇ ਕੋਲ 42 ਲੀਟਰ ਤੱਕ ਹਾਈਐਸਟ 42 ਲੀਟਰ, ਹਾਂਜੀ, ਪਰ ਡੇ ਦਾ 24 ਘੰਟੇ ਦਾ ਇਹ 42। ਰੇਟ ਤਾਂ ਵੀਰੇ ਇਸ ਤਰ੍ਹਾਂ ਹੈ ਵੀ ਜੇ ਤਾਂ ਤੁਸੀਂ ਵਧੀਆ ਰੇਟ ਚਾਹੁੰਦੇ ਹੋ ਵੀ ਠੀਕ ਠਾਕ ਆਪਾਂ ਨੂੰ ਬਚਤ ਹੋ ਜਾਏ, ਤਾਂ ਘੱਟੋ ਘੱਟ 40 ਰੁਪਏ ਦੁੱਧ ਦਾ ਰੇਟ ਚਾਹੀਦਾ, ਘੱਟੋ ਘੱਟ 40 ਰੁਪਏ ਚਾਹੀਦਾ। ਨੁਕਸਾਨ ਤਾਂ ਇਸ ਤਰ੍ਹਾਂ ਵੀ ਸਭ ਤੋਂ ਪਹਿਲਾਂ ਜਿਹੜਾ ਆਮ ਆਪਣੇ ਜ਼ਿਮੀਦਾਰਾਂ ਦੇ ਜਾਂ ਸਾਰਿਆਂ ਦੇ ਘਰਾਂ 'ਚ ਆਉਂਦਾ, ਉਹ ਮਸਟਾਈਟਸ ਹੀ ਹੁੰਦਾ। ਹਾਂਜੀ, ਸਾਰਿਆਂ ਨੂੰ ਪਹਿਲਾਂ ਮਸਟਾਈਟਸ ਹੁੰਦਾ, ਫਿਰ ਉਹਦੇ 'ਚ ਨਰਕਾਊ ਸਿੰਡਰਮ ਆ ਜਾਂਦਾ, ਨੈਗੇਟਿਵ ਐਨਰਜੀ। ਐਸਟੀਲੇਪ ਟਿਊਬ ਲਿਆ ਕੇ ਤੁਸੀਂ ਉਹਦੀ ਮਿਲਕਿੰਗ ਕਰਕੇ ਦੁੱਧ ਚੋ ਕੇ ਉਹਦਾ 'ਤੇ ਥੋੜ੍ਹੀ ਥੋੜ੍ਹੀ ਟਿਊਬ ਉਹਦੀਆਂ ਨਿੱਪਲਾਂ 'ਤੇ ਬਸ ਥੱਲੇ ਲਾ ਦਿਓ ਸੁਰਾਖ, ਉਹਦੇ ਨਾਲ ਉਹਦੇ ਨਾਲ ਬਹੁਤ ਕਿਓਰਟੀ ਹੋ ਜਾਂਦੀ ਹੈ। ਇੱਕ ਆਮ ਘਰ ਦੀ ਹੈ ਵੀ 20 ਕਿਲੋ ਵਾਲਾ ਜਿਹੜਾ ਪਸ਼ੂ ਹੈ ਉਹਨੂੰ ਤਾਂ ਇਹ ਜ਼ਰੂਰ ਲਾਉਣੀ ਚਾਹੀਦੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅੱਜ ਆਪਾਂ ਖੜੇ ਹਾਂ ਜੀ ਪਿੰਡ 5 GB ਦੇ ਵਿੱਚ। ਇਹ ਪਿੰਡ ਹੈ ਜਿਹੜਾ ਇਹ ਜੈਸਰ ਵਿੱਚ ਰਹਿ ਜਾਂਦਾ, ਅਨੂਪਗੜ੍ਹ ਜ਼ਿਲ੍ਹੇ ਦੇ ਵਿੱਚ, ਰਾਜਸਥਾਨ ਦੇ ਵਿੱਚ। ਅਤੇ ਅੱਜ ਆਪਾਂ ਪਹੁੰਚੇ ਹਾਂ ਬਾਈ ਅੰਮ੍ਰਿਤ ਹੋਰਾਂ ਦੇ ਫਾਰਮ ਦੇ ਵਿੱਚ, ਜਿਨ੍ਹਾਂ ਦਾ ਇੱਕ ਛੋਟਾ ਜਿਹਾ ਡੇਅਰੀ ਫਾਰਮ ਹੈ। ਅਤੇ ਆਪਾਂ ਬਾਈ ਅੰਮ੍ਰਿਤ ਨਾਲ ਅੱਜ ਗੱਲਾਂ ਬਾਤਾਂ ਕਰਾਂਗੇ, ਜਿਹਦੇ ਵਿੱਚ ਆਪਾਂ ਤੁਹਾਨੂੰ ਨੌਲੇਜ ਦੀਆਂ ਗੱਲਾਂ ਵੀ ਦੱਸਾਂਗੇ ਵੀ ਜੇ ਕਿਸੇ ਵੀਰ ਨੇ ਡੇਅਰੀ ਫਾਰਮ ਦੀ ਸ਼ੁਰੂਆਤ ਕਰਨੀ ਆ ਉਹ ਕਿਵੇਂ ਕਰ ਸਕਦਾ, ਹੈ ਨਾ, ਅਤੇ ਕਿੱਥੋਂ ਕਰ ਸਕਦਾ, ਕਿੰਨਾ ਕੁ ਉਹਦਾ ਖਰਚਾ ਆਉਂਦਾ, ਅਤੇ ਆਪਾਂ ਨੂੰ ਪਸ਼ੂ ਤੋਂ ਕਿੰਨਾ ਕੁ ਪ੍ਰੋਫਿਟ ਹੋ ਸਕਦਾ, ਅਤੇ ਆਪਾਂ ਨੂੰ ਕੀ ਕੁਛ ਇਸ ਕੰਮ ਦੇ ਵਿੱਚ ਲੋਸ ਹੋ ਸਕਦੇ ਆ, ਇਹ ਸਾਰੀਆਂ ਗੱਲਾਂ ਬਾਤਾਂ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ। ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸ਼ੇਅਰ ਜ਼ਰੂਰ ਕਰਿਓ, ਅਤੇ ਕਰਦੇ ਹਾਂ ਹੁਣ ਆਪਾਂ ਗੱਲਾਂ ਬਾਤਾਂ ਬਾਈ ਅੰਮ੍ਰਿਤ ਹੋਰਾਂ ਦੇ ਨਾਲ। ਸਭ ਤੋਂ ਪਹਿਲਾਂ ਤਾਂ ਬਾਈ ਜੀ ਸਤਿ ਸ਼੍ਰੀ ਅਕਾਲ। ਅਤੇ ਜਿਵੇਂ ਆਪਾਂ ਦੱਸ ਕੇ ਹਟੇ ਹਾਂ ਵੀ ਆਪਣਾ ਪਿੰਡ ਹੈ ਜਿਹੜਾ ਇਹ ਜੈਸਰ ਦੇ ਵਿੱਚ ਰਹਿ ਜਾਂਦਾ, ਹੈ ਨਾ। ਹਾਂਜੀ, ਅਤੇ ਹੁਣ ਆਪਾਂ ਮੇਨ ਗੱਲ ਡੇਅਰੀ ਫਾਰਮ ਦੀ ਕਰਨੀ ਹੈ ਅੱਜ। ਆਪਣਾ ਡੇਅਰੀ ਫਾਰਮ ਦੇ ਵਿੱਚ ਤੁਹਾਡੇ ਆਉਣ ਦਾ ਪਰਪਜ਼ ਇਹੀ ਹੈ ਵੀ ਜਿਹੜਾ ਛੋਟਾ ਡੇਅਰੀ ਫਾਰਮਰ ਆ, ਹੈ ਨਾ, ਹਾਂਜੀ, ਵੀ ਉਹਨੂੰ ਕੀ ਕੀ ਪਹਿਲਾਂ ਸਮੱਸਿਆਵਾਂ ਆਉਂਦੀਆਂ, ਅਤੇ ਐਂ ਕਰਕੇ ਵੀ ਤੁਸੀਂ ਇਸ ਕੰਮ ਦੇ ਵਿੱਚ ਕਿਵੇਂ ਆਏ ਸੀਗੇ, ਵੀ ਆਪਾਂ ਕੀ ਸੋਚੀ ਸੀ ਵੀ ਪਸ਼ੂ ਸਿੱਧੇ ਰੱਖਦੇ ਸੀਗੇ, ਪ੍ਰੋਫੈਸ਼ਨਲ ਕਿਵੇਂ ਬਣੇ ਆਪਾਂ, ਵੀ ਡੇਅਰੀ ਫਾਰਮ ਕਿਵੇਂ ਇੱਕ ਹੋਣ ਲੱਗੇ ਵੀ ਆਪਣਾ ਡੇਅਰੀ ਫਾਰਮ ਹੈ। ਹਾਂਜੀ, ਪ੍ਰੋਫੈਸ਼ਨਲ ਤਾਂ ਵੀਰੇ ਇਸ ਤਰ੍ਹਾਂ ਵੀ ਜਾਣੀ ਆਪਾਂ ਨੂੰ 8-9 ਸਾਲ ਹੋ ਗਏ ਕਰਦਿਆਂ ਨੂੰ। ਹਾਂਜੀ, ਤੇ ਇਹ ਕਿੱਤਾ ਤਾਂ ਜਾਣੀ ਸਟਾਰਟਿੰਗ ਤਾਂ ਹੋਈ ਸੀ ਲੋੜ ਤੋਂ, ਦੁੱਧ ਦੀ ਲੋੜ ਤੋਂ, ਜ਼ਰੂਰਤ ਤੋਂ। ਫਿਰ ਇਹ ਜਾਣੀ ਸ਼ੌਂਕ ਪੈ ਗਿਆ, ਸ਼ੌਂਕ ਕਰਕੇ ਇਹ ਵੱਧ ਗਿਆ, ਵਧਣ ਕਰਕੇ ਇਹਨੂੰ ਹੌਲੀ ਹੌਲੀ ਸ਼ੌਂਕ ਦੇ ਨਾਲ ਜਿਵੇਂ ਜੁੜ ਕੇ ਇਹ ਆਮਦਨ ਬਣ ਗਈ, ਤੇ ਉਹਦੇ ਨਾਲ ਇਹ ਮਤਲਬ ਕਮਰਸ਼ੀਅਲ ਚਲੇ ਗਿਆ। ਨਹੀਂ, ਆਪਾਂ ਨੂੰ ਟਾਈਮ ਕਿੰਨਾ ਹੋ ਗਿਆ? 8 ਸਾਲ ਹੋ ਗਏ, 8 ਸਾਲ ਇੱਥੇ ਰਾਜਸਥਾਨ 'ਚ ਆਪਾਂ ਨੂੰ 8 ਸਾਲ ਹੋ ਗਏ ਇਹ ਫਾਰਮ ਕਰਦੇ ਨੂੰ, ਵੀ ਉਦੋਂ ਹੀ ਆਪਾਂ। ਹਾਂ, ਉਦੋਂ ਤੋਂ ਹੀ ਸਟਾਰਟਿੰਗ ਹੈ। ਤੇ ਆਪਾਂ ਇਹ ਸ਼ੁਰੂ ਕਿੰਨੇ ਪਸ਼ੂਆਂ ਤੋਂ ਕੀਤਾ ਸੀ ਵੀ ਜਿਹੜਾ ਡੇਅਰੀ ਫਾਰਮ ਆਪਾਂ ਖੋਲਦੇ ਆ? ਇੱਕ ਤੋਂ ਮੇਨ ਗੱਲ ਲੋਕਾਂ ਦਾ ਸਵਾਲ ਇਹੀ ਹੁੰਦਾ ਵੀ ਮੈਂ ਕਿੰਨੇ ਪਸ਼ੂਆਂ ਤੋਂ ਕੰਮ ਸ਼ੁਰੂ ਕਰਾਂ, ਵੀ ਆਪਾਂ ਇੱਕ ਪਸ਼ੂ ਤੋਂ ਸ਼ੁਰੂ ਕਰਿਆ ਸੀ। ਹਾਂਜੀ ਹਾਂਜੀ, ਤੇ ਸਭ ਤੋਂ ਪਹਿਲਾਂ ਆਪਾਂ ਵੀ ਕਿਹੜੇ ਪਸ਼ੂ ਲੈ ਕੇ ਆਏ ਸੀ? ਕਿਸੇ ਨੇ ਰਾਏ ਵੀ ਦਿੱਤੀ ਹੋਣੀ ਹੈ ਵੀ ਭਾਈ ਇਸ ਪਸ਼ੂ ਤੋਂ ਤੁਸੀਂ ਇਸ ਬਰੀਡ ਤੋਂ ਕੰਮ ਸ਼ੁਰੂ ਕਰਿਓ? ਨਹੀਂ, ਉਦੋਂ ਤਾਂ ਕ੍ਰੋਸ ਬਰੀਡ ਸੀਗੀ, ਤੇ ਕ੍ਰੋਸ ਬਰੀਡ ਦੇ ਵਿੱਚ ਆਹੀ ਕੋਈ ਮਤਲਬ 11-12 ਲੀਟਰ ਪਰ ਡੇ ਦਾ ਦੁੱਧ ਵਾਲੀ ਸੀਗੀ। ਠੀਕ ਹੈ, ਉਹਦੇ ਤੋਂ ਜਾਣੀ ਸੁਧਾਰ ਕਰ ਕਰਕੇ ਬਰੀਡਿੰਗ ਦੇ ਕੰਮ ਕਰ ਕਰਕੇ ਫਿਰ ਇਹਦੇ 'ਚ ਜਾਣੀ ਆਏ। ਉਦੋਂ ਤਾਂ 1-2 ਪਸ਼ੂ ਬਸ ਉਹੀ ਸੀ ਨੋਰਮਲ, ਵੀ 11-12 ਲੀਟਰ ਵਾਲੇ ਪਸ਼ੂ ਤੋਂ ਆਪਾਂ ਕੰਮ ਸ਼ੁਰੂ ਕੀਤਾ। ਹਾਂਜੀ ਹਾਂਜੀ, ਪਰ ਡੇ 11-12 ਲੀਟਰ। ਆਪਾਂ ਨੂੰ ਨੌਲੇਜ ਕਿੱਥੋਂ ਮਿਲੀ ਸੀ ਵੀ ਕਿ ਆਪਾਂ ਵੀਡੀਓ ਵਗੈਰਾ ਵੇਖੀਆਂ ਸੀ ਜਾਂ ਕਿਤੋਂ ਟ੍ਰੇਨਿੰਗ ਵੀ ਲਈ ਸੀ? ਇਹ ਟ੍ਰੇਨਿੰਗ ਤਾਂ ਲਈ ਸੀ ਵੈਸੇ ਰਾਜਸਥਾਨ ਗਵਰਨਮੈਂਟ ਤੋਂ, ਪਰ ਮੇਰਾ ਪਿਛੋਕੜ 'ਚ ਜਾਣੀ ਪੁਰਾਣਾ ਇੱਕ ਮੁੰਡਾ ਫਰੈਂਡ ਸੀਗਾ, ਉਹ ਵੈਟਨਰੀਅਨ ਸੀਗਾ। ਠੀਕ ਹੈ ਜੀ, ਉਹਦੇ ਨਾਲ ਪਿਛਲੇ ਕਈ ਸਾਲ ਕੱਢੇ, ਤੇ ਫਿਰ ਜਾਣੀ ਸਾਰਾ ਜੇ ਪ੍ਰੋਪਰ ਵੇਖਿਆ ਜਾਵੇ ਤਾਂ ਇਸ ਲਾਈਨ ਦੇ ਵਿੱਚ ਤਕਰੀਬਨ 10-12 ਸਾਲ ਹੋ ਗਏ। ਸਮਾਂ ਜਿਹੜਾ ਜਾਣੀ ਉਹ ਸਮਾਂ ਸਿਖਾ ਦਿੰਦਾ। ਤੇ ਬਾਈ ਜੀ, ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਹਟੇ ਸੀ, ਹੈ ਨਾ, ਵੀ ਤੁਸੀਂ ਕਿਹਾ ਸੀ ਵੀ ਅਸੀਂ ਮਿਕਸ ਬਰੀਡ
ਕ੍ਰੋਸ ਬ੍ਰੀਡ ਲੈ ਕੇ ਆਏ ਸੀ ਨਾ, ਤੇ ਆਪਾਂ ਕਿੰਨੇ ਕ ਪੈਸੇ ਕਿੰਨੇ ਕ ਲੱਗ ਗਏ ਸੀ ਆਪਣੇ ਉਦੋਂ? ਸ਼ਾਇਦ ਵੀਰੇ ਉਹ ਜਾਣੀ 22,000 ਰੁਪਏ ਦੀ ਗਾਂ ਸੀਗੀ ਉਸ ਟਾਈਮ ਦੇ ਵਿੱਚ। ਅੱਛਾ, ਪਹਿਲੀ ਗਾਂ ਆਪਣੀ 22,000 ਦੀ ਆਈ ਸੀ, 12 ਲੀਟਰ ਦੁੱਧ ਵਾਲੀ। ਹਾਂਜੀ ਹਾਂਜੀ, ਪੂਰੇ ਦਿਨ ਚ 12 ਲੀਟਰ ਦੁੱਧ ਸੀ। ਹਾਂਜੀ ਹਾਂਜੀ, ਪਰ ਡੇ 12। ਇੱਥੋਂ ਆਪਣਾ ਕੰਮ ਸ਼ੁਰੂ ਹੋ ਗਿਆ ਸੀ ਹਨਾ? ਹਾਂਜੀ, ਕਹਿ ਲਓ ਵੀ ਇੱਕ ਸਟਾਰਟਿੰਗ ਹੋ ਗਈ ਸੀ, ਸਟਾਰਟਿੰਗ ਹੋ ਗਈ ਸੀ ਵੀ ਉਦੋਂ। ਤੇ ਬਾਅਦ ਚ ਆਪਾਂ ਫਿਰ ਇਹਨੂੰ ਵਧਾਇਆ ਕਿਵੇਂ ਕੰਮ ਨੂੰ, ਵੀ ਅਗਲੇ ਪਸ਼ੂ ਆਪਾਂ ਕਿਵੇਂ ਲੈ ਕੇ, ਵੀ ਪਹਿਲੇ ਪਸ਼ੂ ਨੇ ਆਪਾਂ ਨੂੰ ਵਾਧਾ ਕਰਿਆ ਹੋਣਾ। ਹਾਂਜੀ ਹਾਂਜੀ ਹਾਂਜੀ, ਉਹ ਅਗਲੇ ਇਸ ਤਰ੍ਹਾਂ ਸੀ ਵੀ ਜਾਣੀ ਆਪਾਂ ਕੁਛ ਤਾਂ ਬਾਜ਼ਾਰ ਚੋਂ ਹੀ, ਜਿਵੇਂ ਵਪਾਰੀਆਂ ਵਪੂਰੀਆਂ ਤੋਂ ਇੱਧਰੋਂ ਉੱਧਰੋਂ ਲਏ ਸੀਗੇ, ਫਿਰ ਉਹ ਜਿਵੇਂ ਚੱਲਦੇ ਚੱਲਦੇ ਉਹ ਫਿਰ ਰਹਿ ਗਏ ਜਾਣੀ, ਤੇ ਆਪਾਂ ਫਿਰ ਆਪਦੀ ਬਰੀਡਿੰਗ ਤੇ ਕੰਮ ਕਰਨ ਲੱਗ ਗਏ, ਤੇ ਫਿਰ ਘਰੇ ਜਾਣੀ ਆਪਣੇ ਐਨੀਮਲ ਤਿਆਰ ਹੋ ਗਏ ਵਧੀਆ। ਠੀਕ ਹੈ, ਇਦੂ ਬਾਅਦ ਆਪਾਂ ਵੀ ਘਰੇ ਤਿਆਰ ਕਰੀ। ਹਾਂਜੀ ਹਾਂਜੀ, ਠੀਕ ਹੈ। ਤੇ ਆਪਣੇ ਕੋਲੇ ਉਦੋਂ ਕਿਹੜੀਆਂ ਕਿਹੜੀਆਂ ਬਰੀਡ ਦੀਆਂ ਗਾਈਆਂ ਸੀ, ਜਿਵੇਂ ਆਪਣੇ HF ਗਾਂ ਹੁੰਦੀ ਹੈ ਜਿਹੜੀ, ਉਹ ਜ਼ਿਆਦਾ ਹੁੰਦੀ ਹੈ ਹਨਾ? ਆਪਾਂ ਵੇਖੀਏ ਜਾਣੀ ਵੀਰੇ, ਆਪਣੇ HF ਤਾਂ ਹੁੰਦੀ ਨਹੀਂ, ਬਹੁਤ ਘੱਟ ਹੁੰਦੀ ਹੈ, ਜ਼ਿਆਦਾ ਨਹੀਂ ਹੁੰਦੀ। ਆਪਣੇ HF ਕ੍ਰੋਸ ਹੀ ਜ਼ਿਆਦਾ ਮਿਲਦੀ ਆ, ਅਸੀਂ ਕ੍ਰੋਸ ਬਰੀਡ ਤੋਂ ਕਰਾਉਂਦੇ ਆ। ਹਾਂਜੀ, HF ਕਹਿ ਕੇ ਕਹਿ ਲਓ ਜਾਂ ਮਤਲਬ ਜਿਵੇਂ ਮਰਜ਼ੀ ਤੁਸੀਂ ਉਹ ਦੇਖ ਲਓ, ਵੀ ਉਹ ਜਾਣੀ ਆਪਾਂ ਨਾ ਇਹਦੇ ਵਿੱਚ ਜਦੋਂ ਆਪਾਂ ਇਹਦੇ ਤੇ ਕੰਮ ਕਰਿਆ, ਤੇ ਫਿਰ ਆਪਾਂ ਉਹਨੂੰ ਪਿਓਰ ਹੋਲਸਟਨ ਦੇ ਇੰਜੈਕਸ਼ਨ ਜਿਹੜੇ ਉਹ AI ਕਰਾਉਂਦੇ ਰਹੇ, ਤੇ ਉਹਦੇ ਚ ਬਰੀਡਿੰਗ ਹੁੰਦੀ ਤਾਂ ਫਿਰ ਉਹ ਜ਼ਿਆਦਾ HF ਵੱਲ ਚਲੇ ਗਏ, ਪਰ ਆਪਣੇ ਪਿਓਰ ਬਰੀਡ ਬਹੁਤ ਘੱਟ ਮਿਲਦੀ ਹੈ ਇਸ ਏਰੀਏ ਵਿੱਚ। ਠੀਕ ਹੈ, ਤੇ ਹੁਣ ਇਹ ਗੱਲ ਆਪਣੀ ਕਲੀਅਰ ਹੋ ਗਈ ਹੈ ਨਾ, ਵੀ ਬਾਈ ਜੀ ਨੇ ਲਗਭਗ 30,000-35,000 ਤੋਂ ਕੰਮ ਸਟਾਰਟ ਕੀਤਾ ਸੀਗਾ, ਤੇ ਉਦੋਂ ਦੁੱਧ ਵੀ 12 ਲੀਟਰ ਸੀ, ਇਹ ਸੀ ਸ਼ੁਰੂਆਤ। ਇਦੂ ਬਾਅਦ ਬਾਈ ਜੀ ਜਿਹੜੇ ਖਰਚੇ ਆਉਂਦੇ ਹਨਾ ਪਸ਼ੂ ਦੇ, ਹਾਂਜੀ ਹਾਂਜੀ, ਵੀ ਆਪਾਂ ਮੋਟਾ ਮੋਟਾ ਹਿਸਾਬ ਲਾਈਏ, ਜੇ ਆਪਣੇ ਕੋਲੇ 20-22 ਲੀਟਰ ਵਾਲੀ ਗਾਂ ਹੈਗੀ ਹੈ, ਹਾਂਜੀ, ਵੀ ਤੁਹਾਡੇ ਕੋਲੇ ਮੈਂ ਪੁੱਛਿਆ ਨੀ ਵੀ ਕਿਹੜੀਆਂ ਗਾਈਆਂ ਇਦੂ ਬਾਅਦ ਕਿੰਨੇ ਲੀਟਰ ਦੁੱਧ ਵਾਲੀਆਂ ਸੀਗੀਆਂ, ਹਾਂਜੀ, ਵੀ ਕਿੰਨੇ ਲੀਟਰ ਵਾਲੀਆਂ ਗਾਈਆਂ ਸੀ ਤੁਹਾਡੇ ਕੋਲੇ ਉਸ ਟਾਈਮ? ਉਸ ਟਾਈਮ ਤਾਂ ਹਾਈਐਸਟ ਵੀਰੇ ਜਦੋਂ ਪਹਿਲੀ ਗਾਂ ਪੱਲੀ, ਉਸ ਤੋਂ ਬਾਅਦ ਸਟਾਰਟਿੰਗ ਜਿਹੜੀਆਂ ਖਰੀਦਦੇ ਰਹੇ ਹਾਂ ਜਾਣੀ ਇਧਰੋਂ ਉਧਰੋਂ ਖਰੀਦ ਕੇ, ਉਹ ਤਾਂ 20 ਲੀਟਰ ਹੁੰਦਾ ਪਰ ਡੇ। ਹਾਂ, ਵੀ ਆਪਾਂ 20 ਲੀਟਰ ਐਵਰੇਜ ਲਾ ਲਈਏ ਰੱਖ। ਹਾਂਜੀ ਹਾਂਜੀ, ਉਹਨਾਂ ਦਾ 20, ਵੀ ਜੇ ਆਪਣੇ ਕੋਲੇ 20 ਲੀਟਰ ਵਾਲੀ ਗਾਂ ਹੈਗੀ ਆ, ਹਾਂਜੀ, ਉਹ ਆਪਣਾ ਕਿੰਨਾ ਕੁ ਤਾਂ ਇੱਕ ਦਿਨ ਚ ਖਰਚਾ ਖਾ ਜੂਗੀ, ਤੇ ਕਿੰਨੇ ਕੁ ਆਪਾਂ ਨੂੰ ਸੇਵਿੰਗ ਕਰਕੇ ਦਿੰਦੀ ਹੈ? ਇਹ ਗੱਲ ਹੈ ਜਿਹੜੀ ਡੇਅਰੀ ਫਾਰਮ ਦੀ ਮੇਨ ਗੱਲ ਇਹੀ ਹੁੰਦੀ ਆ, ਕਿਉਂਕਿ ਆਪਾਂ ਵੀਡੀਓ ਚ ਦੇਖਦੇ ਹਾਂ, ਆਪਾਂ ਨੂੰ ਵਧਾ ਚੜਾ ਕੇ ਦੱਸਿਆ ਜਾਂਦਾ, ਪ੍ਰੋਫਿਟ ਹੀ ਦੱਸਿਆ ਜਾਂਦਾ ਵੀ ਪ੍ਰੋਫਿਟ ਇੰਨਾ ਹਨਾ, ਨੁਕਸਾਨ ਕੋਈ ਨੀ ਦੱਸਦਾ। ਵੀ ਤੁਸੀਂ ਹੁਣ ਸ਼ੁਰੂਆਤ ਕੀਤੀ ਹੈ, ਤੁਸੀਂ ਸਿੱਧਾ ਐ ਕੋਈ 10 ਪਸ਼ੂਆਂ ਤੋਂ ਕੰਮ ਸ਼ੁਰੂ ਨੀ ਕੀਤਾ, ਇੱਕ ਤੋਂ ਸ਼ੁਰੂ ਕੀਤਾ, ਹੁਣ ਤੁਹਾਨੂੰ ਇਹਦੀ ਬੈਟਰ ਨੌਲੇਜ ਹੋਊਗੀ ਵੀ ਜਿਹੜੀ 20 ਲੀਟਰ ਵਾਲੀ ਗਾਂ ਉਹ ਆਪਣਾ ਕਿੰਨਾ ਖਰਚਾ ਖਾ ਜਾਂਦੀ ਤੇ ਕਿੰਨਾ ਕੁ ਆਪਾਂ ਨੂੰ ਬਚਾ ਕੇ ਦਿੰਦੀ ਆ। ਹਾਂਜੀ, ਇਹਦੇ ਵਿੱਚ ਵੀ ਦੋ ਕਾਰਨ ਆ, ਜਾਣੀ ਇੱਕ ਤਾਂ ਕਮਰਸ਼ੀਅਲ ਡੇਅਰੀ ਜਾਂ ਕਹਿ ਲਓ ਸਾਰਾ ਫੀਡ ਤੇ ਫੋਡਰ ਜਿਹੜਾ ਆਪਾਂ ਮਤਲਬ ਖਰੀਦ ਕੇ ਪਾਉਂਦੇ ਆ, ਉਹਦੇ ਤਾਂ ਸ਼ਾਇਦ 20 ਲੀਟਰ ਵਾਲੀ ਅੱਜ ਦੇ ਟਾਈਮ 'ਚ ਤਾਂ 400-400 ਰੁਪਇਆ ਖਾ ਜੂਗੀ, ਤੇ ਜੇ ਆਪਾਂ ਕਿਸਾਨੀ ਨਾਲ ਇਹਨੂੰ ਜੋੜਦੇ ਹਾਂ, ਜ਼ਿਮੀਂਦਾਰੀ ਨਾਲ ਜੋੜਦੇ ਹਾਂ, ਤਾਂ ਮੈਨੂੰ ਲੱਗਦਾ ਵੀ 150-200 ਰੁਪਇਆ ਜਿਹੜਾ ਆਪਾਂ ਨੂੰ ਬਾਜ਼ਾਰ 'ਚੋਂ ਖਰੀਦ ਕੇ, ਜਿਹੜਾ ਕੋਈ ਮੈਡੀਸਿਨ ਹੋ ਗਿਆ ਤੇ ਕੁਛ ਫੀਡ ਦਾ ਹੋ ਗਿਆ, ਬਾਕੀ ਤਾਂ ਚਲੋ ਘਰੋਂ ਹੁੰਦਾ ਹੀ ਹੈ ਜੀ। ਨਹੀਂ, ਪੱਠੇ ਤੇ ਤੂੜੀ ਆਪਾਂ ਗਿਣੀ ਨਹੀਂ। ਹਾਂ, ਉਹ ਜੇ ਨਹੀਂ ਗਿਣਦੇ ਤਾਂ ਫਿਰ ਸ਼ਾਇਦ 200 ਰੁਪਏ ਚ ਇੱਕ ਇੱਕ ਗਾਂ ਦਾ ਪਾੜੇ ਦਾ ਖਰਚਾ ਆ ਜਾਊਗਾ, 200-250 ਜਾਂ ਜਿੰਨਾ ਵੀ, ਚਲੋ 50 ਉੱਪਰ ਨੀਚੇ। ਤੇ ਜੇ ਕਮਰਸ਼ੀਅਲ ਕਰੀਏ ਸਾਰਾ ਕੁਛ ਤਾਂ ਫਿਰ 400 ਰੁਪਇਆ ਖਾ ਜੂਗੀ ਜਿਹੜੀ ਹੈ 20 ਲੀਟਰ ਵਾਲੀ ਗਾਂ। ਵੀ ਜੇ ਬੜੇ ਆਰਾਮ ਨਾਲ 400 ਦੇ ਵਿੱਚ ਵੀ ਤੂੜੀ ਪੱਠਾ ਵੀ ਜੋੜ ਦਈਏ, ਹਾਂਜੀ ਹਾਂਜੀ, ਉਹਦੇ ਵਿੱਚ ਫਿਰ ਮਤਲਬ 600 ਦੇ ਲਗਭਗ ਪਹੁੰਚ ਜੂਗਾ। ਹਾਂਜੀ, 400 ਪਲੱਸ ਹੀ ਮਤਲਬ ਆਪਾਂ ਮੰਨ ਕੇ ਚੱਲੀਏ, 400 ਪਲੱਸ ਮੰਨ ਕੇ। ਉਹ ਤਾਂ ਹੁਣ ਕੋਈ ਜਾਣੀ ਕੋਈ 18 ਲੀਟਰ ਦੀ ਹੈ, ਕੋਈ 22 ਲੀਟਰ ਦੀ ਹੈ, ਕੋਈ ਮਿਨਰਲ ਪਾਉਂਦਾ, ਕੋਈ ਮਿਨਰਲ ਨਹੀਂ ਪਾਉਂਦਾ, ਕੋਈ ਸਾਈਲੇਜ ਪਾਉਂਦਾ, ਕੋਈ ਜਿਹੜਾ ਫੋਡਰ ਦੇ ਜਿਹੜਾ ਹੈ, ਕੋਈ ਤਾਂ ਹਰਾ ਪੱਠਾ ਹੀ ਲੈ ਕੇ ਪਾਉਂਦਾ ਬਾਜ਼ਾਰ ਚੋਂ, ਕੋਈ ਸਾਈਲੇਜ ਬਾਏ ਕਰਕੇ ਪਾਉਂਦਾ, ਤੇ ਕੋਈ ਨੀਰੇ ਵਗੈਰਾ ਵੀ ਪਾਉਂਦਾ। ਵੀ ਜਾਣੀ 400 ਘੱਟੋ ਘੱਟ 400 ਰੁਪਇਆ ਕੋਸਟ ਆ ਜੂਗੀ,
ਵੱਧ ਤਾਂ ਮਤਲਬ ਇਹ 100-200 ਇੱਧਰ ਉੱਧਰ ਤਾਂ ਹੋ ਹੀ ਸਕਦਾ ਤੇ 15-20 ਲੀਟਰ ਵਾਲੀ ਜਾਣੀ ਫਾਰਮਰ ਦੇ ਜੇ ਜ਼ਿਮੀਂਦਾਰ ਦੇ ਘਰ ਨਾਲ ਲਾਈਏ ਤੇ ਉਹਦਾ ਫੀਡ ਦਾ ਖਰਚ 150-200 ਰੁਪਿਆ ਆਜੂਗਾ, ਬਾਕੀ ਤਾਂ ਜ਼ਿਮੀਂਦਾਰ ਦੇ ਘਰ ਦਾ ਹੀ ਹੁੰਦਾ। ਤੇ ਵੀ ਉਹਦਾ ਆਪਾਂ 600 ਰੁਪਿਆ ਖਰਚਾ ਲਾ ਲਈਏ ਹਨਾ, ਹਾਂ ਕਮਰਸ਼ੀਅਲ ਕਰਾਂਗੇ ਤਾਂ 600 ਰੁਪਿਆ। ਉਹਦੇ ਦੁੱਧ ਦਾ ਰੇਟ ਕਿਸ ਹਿਸਾਬ ਤੇ ਰੱਖੀਏ ਵੀ ਉਹ ਟੋਟਲ ਕਿੰਨਾ ਕੁ ਵੀ ਟਰਨਓਵਰ ਕੀ ਹੋ ਜਾਂਦਾ ਉਹਦੇ ਦੁੱਧ ਦਾ 20 ਲੀਟਰ ਦਾ, ਵੀ ਜਿਵੇਂ ਆਪਾਂ ਆਪਣੇ 40 ਰੁਪਏ ਰੇਟ ਚੱਲਦਾ ਹੁੰਦਾ ਹਨਾ। ਹਾਂਜੀ ਹਾਂਜੀ। ਤੇ 800 ਦਾ ਦੁੱਧ ਹੋ ਗਿਆ। ਹਾਂਜੀ। ਤੇ ਵਿੱਚੋਂ ਆਪਾਂ ਉਹਨੂੰ ਕਿਹਾ ਵੀ ਆਪਣਾ 400-500 ਰੁਪਿਆ ਖਾ ਜਾਂਦੀ ਹੈ, ਵੀ ਆਪਾਂ ਨੂੰ 300 ਰੁਪਿਆ ਉਹ ਬਚਾ ਕੇ ਦਿੰਦੀ ਹੈ। ਹਾਂਜੀ ਇੰਨੇ ਕੁ ਦੇ ਦਿੰਦਾ ਜੇ ਉਹ ਸਹੀ ਰਵੇ ਤਾਂ। ਹਾਂਜੀ। ਤੇ ਹੁਣ ਜੇ ਆਪਾਂ ਨੂੰ ਇੱਕ ਗਾਂ 300 ਰੁਪਿਆ ਬਚਾ ਕੇ ਦੇਈ ਜਾਂਦੀ ਆ ਤੇ ਆਪਾਂ ਨੂੰ ਮਹੀਨੇ ਦਾ 9,000 ਰੁਪਿਆ ਬਣਦਾ ਦੁੱਧ ਦਾ, ਤੇ ਇਸ ਹਿਸਾਬ ਨਾਲ ਹੀ ਕਿੰਨਾ ਟਾਈਮ ਆਪਾਂ ਨੂੰ ਪਸ਼ੂਆਂ ਨੂੰ ਕਿਵੇਂ ਪਾਉਣਾ ਚਾਹੀਦਾ ਵੀ ਆਪਣੇ ਕੋਲ ਪੂਰਾ ਸਾਲ ਦੁੱਧ ਰਵੇ, ਕਿਉਂਕਿ ਹੁਣ ਆਪਾਂ ਜੇ ਤੁਹਾਨੂੰ ਵੀ ਪਤਾ ਵੀ ਪੂਰਾ ਸਾਲ ਕੋਈ ਪਸ਼ੂ ਦੁੱਧ ਨਹੀਂ ਦਿੰਦਾ, ਇਸ ਕਰਕੇ ਆਪਾਂ ਨੂੰ ਉਸ ਹਿਸਾਬ ਨਾਲ ਪਸ਼ੂਆਂ ਦੀ ਮੈਨੇਜਮੈਂਟ ਕਰਨੀ ਪੈਂਦੀ ਆ, ਉਸ ਹਿਸਾਬ ਨਾਲ ਫਿਰ ਆਪਾਂ ਪੂਰਾ ਸਾਲ ਕਿਵੇਂ ਮੇਨਟੇਨ ਰੱਖ ਸਕਦੇ ਆ ਇਸ ਚੀਜ਼ ਨੂੰ। ਇੱਕ ਤਾਂ ਜਿਹੜੀ ਪਹਿਲੀ ਗੱਲ ਹੈ ਪੂਰਾ ਸਾਲ ਮਿਲਕ ਪ੍ਰੋਡਕਸ਼ਨ ਜਿਹੜੀ ਮੇਨਟੇਨ ਰੱਖਣਾ ਉਹ ਤਾਂ ਮੇਨ ਤਾਂ ਆਉਂਦੀ ਹੈ ਬਰੀਡਿੰਗ ਤੇ। ਹਾਂਜੀ। ਜੇ ਆਪਾਂ ਬਰੀਡਿੰਗ ਕਰਾਂਗੇ ਵਧੀਆ ਐਨੀਮਲ ਹੋਊਗਾ ਉਹੀ ਪੂਰਾ ਸਾਲ ਰੱਖੂਗਾ, ਨਹੀਂ ਜੇ ਕੋਈ ਘਰੇਲੂ ਪਸ਼ੂ ਹੈ ਜ਼ਿਮੀਂਦਾਰ ਦਾ ਉਹ ਤਾਂ ਰਵੇ ਤੇ ਚੱਲਦਾ, ਵੀ ਜਾਣੀ ਕਿਸੇ ਐਨੀਮਲ ਦਾ ਜੇ ਸੂਏ ਦਾ 20 ਲੀਟਰ ਹੈ ਤਾਂ 2 ਮਹੀਨਿਆਂ ਬਾਅਦ 15 ਤੇ ਵੀ ਆ ਸਕਦਾ, 10 ਤੇ ਵੀ ਆ ਸਕਦਾ। ਜਿਹੜਾ ਬਰੀਡਰ ਐਨੀਮਲ ਹੁੰਦਾ ਉਹ ਜਾਣੀ ਚੱਲਦਾ ਰਹਿੰਦਾ ਲੌਂਗ ਟਾਈਮ। ਹੁਣ ਆਪਣੇ ਕੋਲ ਇੱਕ ਸ਼ਾਇਦ 5 ਮਹੀਨੇ ਦੀ ਗਾਂ ਸੂਈ ਹੋਈ ਆ, ਉਹਦਾ 40 ਲੀਟਰ ਦੁੱਧ ਸੀਗਾ 40 ਕਿਲੋ, ਹੁਣ 5 ਮਹੀਨੇ ਤੋਂ ਉੱਪਰ ਆ ਉਹ, ਉਹਨੂੰ 6ਵੇਂ ਮੰਥ ਦੇ ਵਿੱਚ ਹੈਗੀ ਇਨ ਮਹੀਨਿਆਂ ਦੀ ਉਹ ਗੱਭਣ, ਇਸ ਟਾਈਮ 28-29 ਕਿਲੋ ਦੁੱਧ ਤੇ ਉਹ ਚੱਲਦੀ ਹੈ। ਠੀਕ ਹੈ। ਇਹ ਬਰੀਡਿੰਗ ਦੇ ਵਿੱਚ ਲੰਮਾ ਟਾਈਮ ਤਾਂ ਲੈ ਸਕਦੇ ਹਾਂ, ਤੇ ਜੇ ਆਪਾਂ ਘਰੇਲੂ ਪਸ਼ੂਆਂ ਦੀ ਗੱਲ ਕਰੀਏ ਉਹ ਫਿਰ ਰਵੇ ਦਾ ਹੀ ਹੈ ਵੀ ਉਹਦਾ ਬਲੱਡ ਕਿਹੋ ਜਿਹਾ ਪਿੱਛੋਂ, ਵੀ ਉਹਦੀ ਮਾਂ ਦੇ ਥੱਲੇ ਕਿੰਨਾ ਦੁੱਧ ਸੀਗਾ, ਮਾਂ ਲੰਮਾ ਟਾਈਮ ਦਿੰਦੀ ਸੀ ਕਿ ਨਹੀਂ ਦਿੰਦੀ ਸੀ, ਕੋਈ ਗੱਭਣ ਹੋ ਕੇ ਵੀ ਮਤਲਬ ਘਟਾ ਜਾਂਦੀ ਹੈ। ਜੇ ਲੌਂਗ ਟਾਈਮ ਪ੍ਰੋਡਕਸ਼ਨ ਲੈਣੀ ਹੈ ਫਿਰ ਤਾਂ ਆਪਾਂ ਨੂੰ ਬਰੀਡਿੰਗ ਕਰਕੇ ਜਾਣੀ ਸੁਧਾਰ ਕੇ ਮਤਲਬ ਨਸਲ ਸੁਧਾਰ ਕੇ ਲਈ ਜਾ ਸਕਦੀ ਹੈ। ਵੈਸੇ ਵੀ ਮੋਟੇ ਮੋਟੇ ਆਪਾਂ ਸ਼ਬਦਾਂ ਚ ਐਂ ਕਹਿ ਲਈਏ ਵੀ ਜਿਹੜਾ ਡੇਅਰੀ ਫਾਰਮ ਦਾ ਕੰਮ ਹੈ ਇਹ ਇੱਕ ਤਾਂ ਨੌਲੇਜ ਸਿਰ ਤੇ ਚੱਲਦਾ, ਹਾਂ ਬਹੁਤ ਜ਼ਿਆਦਾ, ਇਹ ਬਰੀਡਿੰਗ ਦੇ ਸਿਰ ਤੇ ਚੱਲੂ ਬਹੁਤ ਜ਼ਰੂਰੀ, ਵੀ ਆਪਾਂ ਐਂ ਨਹੀਂ ਵੀ ਵੀਡੀਓ ਦੇਖ ਕੇ ਆਪਾਂ ਮੰਡੀ ਚੋਂ ਕਿਤੋਂ ਵੀ ਗਾਈਆਂ ਚੱਕ ਲਿਆਂਦੀਆਂ ਤੇ ਆ ਕੇ ਆਪਾਂ ਕਹਿਣ ਲੱਗੇ ਵੀ 20 ਲੀਟਰ ਵਾਲੀ ਆ ਤੇ ਆਪਾਂ ਨੂੰ 20 ਲੀਟਰ ਦੁੱਧ ਦਊਗੀ ਤੇ ਆਪਣਾ 800 ਰੁਪਿਆ ਦਿਨ ਚ ਬਣ ਗਿਆ ਹਨਾ, ਨਹੀਂ ਨਹੀਂ ਮਹੀਨੇ ਦਾ ਮੇਰਾ 24,000 ਬਣ ਜਾਊਗਾ, ਉਹ ਗੱਲ ਹੈ ਨਹੀਂ ਗੀ। ਹਾਂਜੀ ਠੀਕ ਹੈ। ਇਸ ਤਰ੍ਹਾਂ ਜਿਹੜਾ ਬਰੀਡਿੰਗ ਐਨੀਮਲ ਹੈ ਉਹ ਤੁਹਾਨੂੰ ਸੂਣ ਵੇਲੇ 500 ਤੋਂ ਪਲੱਸ ਵੀ ਇਨਕਮ ਦਊਗਾ, ਸੂਣ ਤੋਂ ਬਾਅਦ ਵੀ ਉਹ ਲੌਂਗ ਟਾਈਮ ਤੁਹਾਨੂੰ 500 ਦੀ ਐਵਰੇਜ ਦੇ ਵਿੱਚ ਰੱਖੂਗਾ ਤੁਹਾਡੀ ਇਨਕਮ ਨੂੰ। ਜੇ ਤੁਸੀਂ ਉਹਨੂੰ ਖੇਤੀ ਦੇ ਸਹਾਇਕ ਕਿੱਤੇ ਨਾਲ ਜਾਣੀ ਜੋੜਦੇ ਆ ਤਾਂ ਫਿਰ ਉਹ ਮਤਲਬ 6 ਮਹੀਨਿਆਂ ਪਲੱਸ ਤੁਹਾਡੀ 500 ਇਨਕਮ ਹੀ ਰੱਖੂਗਾ, ਤੇ ਜੇ ਤੁਸੀਂ ਉਹਨੂੰ ਕਮਰਸ਼ੀਅਲ ਰੱਖਦੇ ਆ ਤਾਂ ਫਿਰ ਉਹ 300 ਰੁਪਿਆ ਮਤਲਬ ਉਹ ਸਾਲ ਭਰ ਵਾਂਗੂ ਥਊਗਾ। ਮਤਲਬ ਕਹਿਣ ਦਾ ਮਤਲਬ ਇਹ ਹੈ ਵੀ ਉਹਨੂੰ 20 ਲੀਟਰ ਤੇ ਤੁਸੀਂ ਡਰਾਈ ਕਰੋਗੇ, ਤੇ ਜੇ ਤੁਸੀਂ ਬਾਜ਼ਾਰ ਚੋਂ 20 ਲੀਟਰ ਵਾਲੀ ਖਰੀਦ ਕੇ ਕਹੋਗੇ ਫਿਰ ਥੋੜਾ ਜਿਹਾ ਔਖਾ ਕੰਮ। ਜੇ ਤੁਸੀਂ 20 ਲੀਟਰ ਵਾਲੇ ਐਨੀਮਲ ਰੱਖਣੇ ਆ, 20 ਤੋਂ 25 ਲੀਟਰ ਵਾਲੇ, ਵੈਸੇ ਤਾਂ 25 ਤੋਂ ਘੱਟ ਤਾਂ ਡੇਅਰੀ ਕਰਨ ਦਾ ਫਾਇਦਾ ਹੀ ਨਹੀਂ। ਪਰ ਜੇ ਤੁਸੀਂ ਰੱਖਣਾ ਫਿਰ ਵੀ ਕਹਿੰਦੇ ਹੋ ਵੀ ਸਾਥੋਂ ਜਾਣੀ ਬਹੁਤਾ ਇਹਨਾਂ ਦੀ ਦੇਖ ਰੇਖ ਨਹੀਂ ਹੁੰਦੀ, ਜਾਣੀ ਸੰਭਾਲ ਨਹੀਂ ਹੁੰਦਾ, ਤਾਂ ਫਿਰ ਤੁਸੀਂ 20-25 ਲੀਟਰ ਵਾਲੇ ਐਨੀਮਲ ਰੱਖੋ ਤੇ ਉਹਨਾਂ ਨੂੰ ਖੇਤੀ ਨਾਲ ਜੋੜੋ, ਵੀ ਜਿਵੇਂ ਇੱਕ ਸਹਾਇਕ ਕਿੱਤਾ ਚੱਲਦਾ ਸੀਗਾ ਪਹਿਲਾਂ, ਉਵੇਂ ਜੋੜ ਕੇ ਉਹ ਫਿਰ ਵੀ ਤੁਹਾਨੂੰ ਵਧੀਆ ਇਨਕਮ ਦੇਣਗੇ, ਜਦੋਂ ਉਹਦਾ ਤੁਸੀਂ ਫੋਡਰ ਵੀ ਘੱਟੋ ਘੱਟ ਹਾਰਾ ਪੱਠਾ ਤੁਹਾਨੂੰ ਸਾਲ ਭਰ ਦਾ ਕੋਲੋਂ ਦਓ, ਫਿਰ ਉਹ ਤੁਹਾਡਾ ਫੀਡ ਦੀ ਕੋਸਟ ਤੇ ਚਲੋ ਉਹ ਤੁਹਾਨੂੰ ਕੁਛ ਨਾ ਕੁਛ ਦਊਗਾ। ਜੇ ਤੁਸੀਂ ਕਹੋਗੇ 25 ਲੀਟਰ ਦਾ ਰੱਖ ਕੇ ਸਾਰਾ ਕੁਛ ਕਮਰਸ਼ੀਅਲ ਕਰਕੇ ਮਤਲਬ ਉਹਨੂੰ ਕਮਰਸ਼ੀਅਲ ਫਾਰਮਿੰਗ ਕਰ ਲਈਏ, ਉਵੇਂ ਨਹੀਂ ਹੋਣੀ, ਉਹਦੇ 'ਚ ਫਿਰ ਔਖਾ, ਕਿਉਂਕਿ ਸਾਈਲੇਜ ਸੁਈਲੇਜ ਦੀ ਕੋਸਟ ਜਿਹੜੀ ਉਹ ਬਹੁਤ ਮਹਿੰਗੀ ਪੈਂਦੀ ਆ ਉਹਦੇ 'ਚ। ਵੀ ਆਪਾਂ ਜਿਹੜਾ ਹੁਣ ਕਿਸਾਨ ਹੈ ਉਹ ਖੇਤੀਬਾੜੀ ਕਰਦਾ, ਵੀ ਖੇਤੀਬਾੜੀ ਦੇ ਨਾਲ ਜਿਹੜਾ ਸਹਾਇਕ ਕੀਤਾ ਉਹ ਸਭ ਤੋਂ ਵਧੀਆ ਡੇਅਰੀ ਫਾਰਮ ਵਾਲਾ ਕੰਮ। ਹਾਂ ਇਹ ਤਾਂ ਪਹਿਲਾਂ ਹੀ ਜਾਣੀ ਪਹਿਲਾਂ ਯੂਨੀਵਰਸਿਟੀਆਂ ਨੂੰ ਜਿਹੜੀਆਂ ਪੰਜਾਬ ਦੀਆਂ ਜਾਂ ਹੋਰ ਯੂਨੀਵਰਸਿਟੀਆਂ ਨੂੰ ਸਹਾਇਕ ਕੀਤਾ ਹੀ ਮੰਨਦੀਆਂ ਸੀਗੀਆਂ, ਸਾਰਾ ਪੰਜਾਬ ਵੀ ਪਹਿਲਾਂ ਇਹਨੂੰ ਸਹਾਇਕ ਕੀਤੇ ਤੇ ਕਰਦਾ ਸੀਗਾ।
ਜਦੋਂ ਦੇ ਹਾਈ ਮਿਲਕਰ ਐਨੀਮਲ ਆ ਗਏ ਉਦੋਂ ਦਾ ਜਾਣੀ ਆਪਾਂ ਨੂੰ ਫਿਰ ਇਹਨੂੰ ਕਮਰਸ਼ੀਅਲ ਵੱਲ ਮਤਲਬ ਲੈ ਗਏ। ਪਰ 20 ਲੀਟਰ 25 ਲੀਟਰ ਵਾਲਾ ਐਨੀਮਲ ਅੱਜ ਵੀ ਇਹਨੂੰ ਸਹਾਇਕ ਕਿੱਤੇ 'ਚ ਕੰਮ ਕਰ ਸਕਦਾ ਵੀ ਜੇ ਤੁਸੀਂ ਉਹਨੂੰ ਵੱਧ ਤੋਂ ਵੱਧ ਖੁਰਾਕ ਘਰੋਂ ਪੈਦਾ ਕਰਕੇ ਪਾਉਂਦੇ ਹਾਂ ਤਾਂ ਉਹ ਚੱਲ ਜੂਗਾ, ਕੋਈ ਇਸ਼ੂ। ਅਤੇ ਇੱਕ ਕੁਐਸਚਨ ਆਪਣਾ ਆਏ ਆ ਵੀ ਜਿਵੇਂ ਆਪਣੇ ਮੌਸਮ ਹੈ ਰਾਜਸਥਾਨ ਦਾ, ਗੰਗਾਨਗਰ ਦਾ ਕਹਿ ਲਈਏ, ਹੈ ਨਾ, ਹਾਂਜੀ ਹਾਂਜੀ, ਵੀ ਆਪਣੇ ਕਿੰਨੇ ਕੁ ਦੁੱਧ ਵਾਲੇ ਪਸ਼ੂ ਆ ਜਿਹੜੇ ਇੱਥੇ ਕਾਮਯਾਬ ਹੈ? ਇਹਦੇ 'ਚ ਦੁੱਧ ਵਾਲੇ ਤਾਂ ਵੀਰੇ ਆਪਣੇ 50 ਲੀਟਰ ਤੱਕ ਬੜੇ ਚੱਲ ਪੈਂਦੇ, ਵਧੀਆ ਚੱਲ ਪੈਂਦੇ, 50 ਲੀਟਰ ਤੱਕ। 50 ਲੀਟਰ ਵਾਲੇ ਜਿਹੜੇ ਦਿਨ 'ਚ 50 ਲੀਟਰ? ਹਾਂ, ਪਰ ਡੇ ਦਾ। ਪਰ ਡੇ ਦਾ? ਹਾਂ, ਉਹ ਚੱਲ ਪੈਂਦੇ ਆ। ਪਰ ਵੀ ਜਾਣੀ ਤੁਹਾਨੂੰ ਉਹਦੀ ਮੈਨੇਜਮੈਂਟ ਸੰਭਾਲ ਉਹੋ ਜਿਹੀ ਕਰਨੀ ਪਊਗੀ ਵੀ ਉਹ ਮਤਲਬ ਸਭ ਤੋਂ ਪਹਿਲਾਂ ਤਾਂ ਉਹ ਪਸ਼ੂ 50 ਲੀਟਰ ਬੰਨ ਕੇ ਨਹੀਂ ਦੇ ਸਕਦਾ। ਸੰਗਲ ਪਾ ਕੇ ਤੁਸੀਂ ਉਹਦਾ 50 ਲੀਟਰ ਦੁੱਧ ਨਹੀਂ ਚੋ ਸਕਦੇ, ਖੁੱਲਾ ਰੱਖਣਾ। ਹਾਂ, ਉਹ ਖੁੱਲਾ ਤਾਂ ਬਹੁਤ ਜ਼ਰੂਰੀ ਹੈ। 20 ਤੋਂ ਪਲੱਸ ਜਿਹੜਾ ਐਨੀਮਲ ਜਾਊਗਾ ਤੁਹਾਨੂੰ ਉਹਨੂੰ ਖੁੱਲਾ ਹੀ ਰੱਖਣਾ ਪਊਗਾ ਵੀ ਜੇ ਉਹਨੂੰ ਤੁਸੀਂ ਬੰਨੋਗੇ ਤਾਂ ਤੁਹਾਡੀ ਜਾਨ ਨੂੰ ਜਾਣੀ ਉਹਨੇ ਸਿਆਪੇ ਛੇੜਨੀ। ਨਹੀਂ ਤੇ ਉਹਦਾ ਜਿਹੜਾ ਖਾਣ ਪਾਣ ਰਹੂਗਾ ਉਹ ਸਪੈਸ਼ਲ ਹੋਊਗਾ ਕਿ ਜਿਵੇਂ ਆਪਾਂ ਸਪੈਸ਼ਲ ਸਪੈਸ਼ਲ ਆਪਣੇ ਏਰੀਆ ਦੇ ਹਿਸਾਬ ਨਾਲ ਵੇਖੀ ਤਾਂ ਸਪੈਸ਼ਲ ਹੋਊਗਾ, ਪੰਜਾਬ 'ਚ ਤਾਂ ਚਲੋ ਇਹ ਆਮ ਹੋ ਗਿਆ। ਨਹੀਂ ਵੀ ਸਪੈਸ਼ਲ ਕਿਸ ਹਿਸਾਬ ਦਾ ਹੋਣਾ ਚਾਹੀਦਾ? ਸਪੈਸ਼ਲ ਮੇਨ ਉਹਦਾ ਜਿਹੜਾ 50 ਲੀਟਰ ਦਾ ਐਨੀਮਲ ਹੋਊਗਾ ਨਾ 50 ਲੀਟਰ ਦਾ ਵੀਰੇ, ਉਹਦੀ ਸਭ ਤੋਂ ਮੇਨ ਤਾਂ ਉਹਦੀ ਹੋਊਗੀ ਖੁਰਾਕ, ਜਾਣੀ ਉਹਦਾ ਡਰਾਈ ਮੈਟਰ ਤੁਸੀਂ ਕਿਵੇਂ ਪੂਰਾ ਕਰਦੇ ਹੋ। ਜਿਹੜਾ 50 ਲੀਟਰ ਵਾਲੇ ਐਨੀਮਲ ਆ ਉਹ 25 ਕਿਲੋ ਦੀ ਐਵਰੇਜ ਦੇ ਵਿੱਚ ਉਹ ਡਰਾਈ ਮੈਟਰ ਖਾਊਗਾ, ਉਹਦੇ ਵਿੱਚ ਸਾਰਾ ਤੁਸੀਂ ਹਰੇ ਪੱਠੇ ਤੋਂ ਜਾਣੀ ਉਹਨੂੰ ਨਹੀਂ ਕਰ ਸਕਦੇ, ਹਰੇ ਪੱਠੇ ਤੋਂ ਇੰਨੀ ਉਹ ਇਨਟੇਕ ਨਹੀਂ ਕਰ ਸਕਦਾ, ਉਹਦੀ ਖੁਰਾਕ ਨਹੀਂ ਪੂਰੀ ਹੋਣੀ। ਤੁਹਾਨੂੰ ਥੋੜ੍ਹਾ ਜਿਹਾ ਉਹਨੂੰ ਸਾਈਲੇਜ ਪਾਉਣਾ ਪਊਗਾ, ਥੋੜ੍ਹਾ ਜਿਹਾ ਹਰਾ ਪੱਠਾ ਵੀ ਪਾਉਣਾ ਪਊਗਾ, ਵਿੱਚ ਤੂੜੀ ਵੀ ਪਾਉਣੀ ਪਊਗੀ, ਅਤੇ ਮਤਲਬ ਉਹਦਾ ਹਾਫ ਕਹਿ ਲਓ ਜਾਂ ਕੋਈ 40% ਕਹਿ ਲਓ ਤਾਂ ਫੀਡ ਨਾਲ ਪੂਰਾ ਕਰਨਾ ਪਊਗਾ। ਮਤਲਬ 25% ਤੁਹਾਨੂੰ ਉਹਦੀ ਖੁਰਾਕ ਬਣਾ ਕੇ ਲਿਜਾਣਾ ਪਊਗਾ। 20 ਲੀਟਰ ਵਾਲੇ ਪਸ਼ੂ ਵਾਂਗੂ ਨਹੀਂ ਵੀ ਤੁਸੀਂ 20 ਕਿਲੋ ਪੱਠੇ ਉਹ ਟਾਈਮ ਪਾ ਤੇ 20 ਉਹ ਟਾਈਮ ਪਾ ਤੇ, ਉਵੇਂ ਨਹੀਂ ਉਹ ਚੱਲਦਾ ਵੀ ਜੇ ਉਹ ਤੁਸੀਂ ਪਾਓਗੇ ਤਾਂ ਫਿਰ ਉਹਨੇ 50 ਲੀਟਰ 'ਤੇ ਨਹੀਂ ਜਾਣਾ। ਵੀ ਜੇ ਹੋਇਆ ਵੀ 50 ਲੀਟਰ ਵਾਲਾ ਵੀ ਤੁਹਾਨੂੰ ਉਹਦੀ ਸਮਝ ਨਹੀਂ ਆਉਣੀ ਜਾਣੀ ਵੀ ਇਹ 50 ਲੀਟਰ ਵਾਲਾ ਵੀ ਜਾਣੀ ਇਹ ਪਸ਼ੂ ਹੈ ਵੀ ਕਿ ਨਹੀਂ। ਤੁਹਾਡੇ ਕੋਲ 25 ਦਊਗਾ ਤੁਸੀਂ ਖੁਸ਼ ਹੋ ਜੂਗੇ। ਮਤਲਬ ਆਪਣੇ ਕਿਤੇ ਇਹ ਵੀ ਹੈ ਵੀ ਜਿਹੜੇ ਆਪਣੇ ਏਰੀਏ ਦੇ ਵਿੱਚ ਜਾਂ ਕਿਤੇ ਨਾ ਬਹੁਤ ਘਰਾਂ ਦੇ ਵਿੱਚ ਜ਼ਿਮੀਂਦਾਰਾਂ ਕੋਲ ਜਿਹੜੇ ਹੈ 20 ਪਲੱਸ ਵਾਲੇ ਐਨੀਮਲ ਹੈਗੇ ਆ, ਪਰ ਉਹਨਾਂ ਤੋਂ ਖੁਰਾਕ ਉਹੋ ਜਿਹੀ ਨਹੀਂ ਬਣ ਰਹੀ ਵੀ ਉਹ ਐਨੀਮਲ 20 ਪਲੱਸ ਦੁੱਧ ਨਹੀਂ ਉਹਨਾਂ ਤੋਂ ਲਿਆ ਵੀ ਉਹ 20 ਤੇ ਹੀ ਖੜੇ ਆ ਹੈਗੇ ਆ, ਹਜੇ ਵੀ ਬਹੁਤ ਹੈਗੇ ਆ। ਮਤਲਬ ਏਰੀਆ ਮੈਂ ਕੁਛ ਦਿਨ ਪਹਿਲਾਂ ਇੱਕ ਫਾਰਮ 'ਚ ਗਿਆ ਸੀ, ਉੱਥੇ ਮੈਂ ਇੱਕ ਐਨੀਮਲ ਦੇਖਿਆ ਸੀਗਾ, ਉਹ ਕਿਸੇ ਨੇ ਖਰੀਦਿਆ ਸੀਗਾ ਤਾਂ 20-25 ਦੇ ਵਿੱਚ ਦੁੱਧ ਲੈ ਰਹੇ ਸੀ ਐਨੀਮਲ, ਉਹ ਸੀਗਾ ਘੱਟੋ ਘੱਟ 32 ਪਲੱਸ ਵਾਲਾ। ਠੀਕ ਹੈ, ਤੇ ਉਹ ਜ਼ਿਮੀਂਦਾਰ ਕੋਲੇ ਤਾਂ ਉਹ ਮਸਾਂ ਹੀ 20 ਤੇ ਰਹਿੰਦਾ ਹੋਣਾ, ਫਾਰਮਰ ਕੋਈ ਲਿਆ ਕੇ ਉਹਨੂੰ 25 ਲੈ ਰਿਹਾ ਸੀਗਾ, ਪਰ ਉਹ ਐਨੀਮਲ ਅਸਲ 'ਚ 32 ਦਾ ਸੀਗਾ। ਜ਼ਿਮੀਂਦਾਰਾਂ ਕੋਲੇ ਵੀ ਪਸ਼ੂ ਹੈਗੇ ਆ 20 ਪਲੱਸ ਵਾਲੇ, ਪਰ ਉਹ ਜਾਣੀ ਲਿਆ ਨਹੀਂ ਜਾ ਰਿਹਾ, ਉਹਦੀ ਖੁਰਾਕ ਨਹੀਂ ਜਾਣੀ ਬਣ ਰਹੀ ਪੂਰੀ, ਖੁਰਾਕ ਉਹਨੂੰ ਪੂਰੀ ਨਹੀਂ ਹੋ ਰਹੀ ਤਾਂ ਹੋ ਜਾਊ। ਤੇ ਹੁਣ ਜਿਹੜਾ ਆਪਣੇ ਡੇਅਰੀ ਫਾਰਮ ਦਾ ਸਫ਼ਰ ਸੀ ਇਹ ਫਿਰ ਅੱਗੇ ਕਿਵੇਂ ਵਧਿਆ, ਵੀ ਆਪਾਂ ਅੱਗੇ ਹੋਰ ਕਿੰਨੇ ਕੁ ਪਸ਼ੂ ਵਧਾਏ? ਇਹ ਮੇਰੇ ਪਸ਼ੂ ਲੈ, ਹਾਂਜੀ ਮੇਰੇ ਕੋਲ ਇਹ ਚਲੇ ਗਏ ਸੀਗੇ 8-9 ਤੱਕ ਚਲੇ ਗਏ ਸੀਗੇ, ਇਹ ਸਾਰੇ ਬਰੀਡਡ ਐਨੀਮਲ ਹੀ ਸੀਗੇ, ਕੋਈ ਵੀ ਇਹਨਾਂ 'ਚ ਮਤਲਬ 20 ਬੂ ਵਾਲਾ ਤਾਂ ਕੋਈ ਵੀ ਨਹੀਂ, ਸਾਰੇ 25 ਪਲੱਸ ਹੀ ਤੁਸੀਂ ਕਹਿ ਕੇ ਜਾ ਸਕਦੇ ਹੋ। ਤੇ ਸਫ਼ਰ ਤਾਂ ਜਾਣੀ ਇਹ ਸ਼ੌਂਕ ਨਾਲ ਚੱਲਦਾ ਰਿਹਾ, PDF ਨਾਲ ਜੁੜ ਗਏ, PDF ਜਾਂਦੇ ਰਹੇ, ਉੱਥੋਂ ਇਹ ਵੱਧ ਗਿਆ, ਬਸ ਇਸ ਤਰ੍ਹਾਂ ਹੀ ਹੈ। ਲੋੜਾਂ ਵੱਧ ਗਈਆਂ, ਜ਼ਰੂਰਤਾਂ ਘਰਾਂ ਦੀਆਂ, ਖਰਚੇ ਵੱਧ ਗਏ ਅਤੇ ਇਹ ਕੰਮ ਵੱਧ ਗਿਆ। ਤੇ ਆਪਣੇ ਕੋਲ ਵੀ ਕਿੰਨੇ ਲੀਟਰ ਵਾਲੇ ਪਸ਼ੂ ਸੀਗੇ ਉਦੋਂ ਵੀ, ਹੁਣ ਵੀ ਹੈਗੇ ਜਿਹੜੇ? ਹੁਣ ਆਪਣੇ ਕੋਲ 42 ਲੀਟਰ ਤੱਕ ਹੈ, ਹਾਈਐਸਟ 42 ਲੀਟਰ, ਹਾਂਜੀ ਪਰ ਡੇ ਦਾ 24 ਘੰਟੇ ਦਾ ਇਹ 42 ਲੀਟਰ। ਤੇ ਉਹਨਾਂ ਵੀ ਉਵੇਂ ਖਾਣ ਪਾਣ ਤੁਸੀਂ ਉਵੇਂ ਸਪੈਸ਼ਲ ਹੀ ਰੱਖਦੇ ਹੋ ਕਿ ਜਿਵੇਂ ਆਪ? ਥੋੜ੍ਾ ਜਿਹਾ ਸਪੈਸ਼ਲ ਹੋ ਜਾਂਦਾ ਜਦੋਂ ਉਹ ਪੀਕ ਤੇ ਜਾਂਦਾ, ਉਦੋਂ ਸਪੈਸ਼ਲ ਹੋ ਜਾਂਦਾ, ਉਹਦੀ ਖੁਰਾਕ ਪੂਰੀ ਨਹੀਂ ਹੁੰਦੀ ਉਹਨੂੰ, ਥੋੜ੍ਹਾ ਜਿਹਾ ਸਾਈਲੇਜ ਨਾਲ, ਕਿਉਂ ਸਾਈਲੇਜ 'ਚ ਥੋੜ੍ਹਾ ਡਰਾਈ ਮੈਟਰ ਜ਼ਿਆਦਾ ਹੁੰਦਾ, ਤਾਂ ਕੁਛ ਸਾਈਲੇਜ ਨਾਲ, ਕੁਛ ਨੀਰੇ ਨਾਲ,
ਤੇ ਕੁਛ ਹਰੇ ਪੱਠੇ ਨਾਲ ਤੇ ਕੁਛ ਫੀਡ ਨਾਲ ਉਹਦੀ ਖੁਰਾਕ ਪੂਰੀ ਕਰਕੇ ਫਿਰ ਉਹ ਚਲੇ ਜਾਂਦਾ ਬਿਆਲੀ। ਤੇ ਇਹ ਜਿਵੇਂ ਆਪਣੇ ਕੋਲ ਹੁਣ ਪਸ਼ੂ 42 ਲੀਟਰ ਵਾਲੇ ਹੈਗੇ ਵੀ ਆਪਣੇ ਕੋਲ 42 ਲੀਟਰ ਦੁੱਧ ਆ ਰਿਹਾ, ਹਾਂਜੀ, ਤੇ ਆਪਾਂ ਇਹਨੂੰ ਵੀ ਮਾਰਕੀਟਿੰਗ ਆਪਣੀ ਕਿਵੇਂ ਹੁੰਦੀ, ਆਪਾਂ ਇਹਨੂੰ ਸੇਲ ਕਿਵੇਂ ਕਰਦੇ ਹਾਂ, ਜਿਵੇਂ ਹੁਣ ਮੈਂ ਨਿੱਕੀ ਜਿਹੀ ਗੱਲ ਕਹਿ ਲਓ ਕਿਵੇਂ ਕਹਿ ਲਓ, ਹਾਂਜੀ, ਵੀ ਆਪਾਂ ਪਿੰਡਾਂ 'ਚ ਕੀ ਕਰਦੇ ਹਾਂ, ਆਪਾਂ ਦੁੱਧੀਆਂ ਨੂੰ ਦੁੱਧ ਪਾ ਦਿੰਦੇ ਹਾਂ, ਹਨਾ, ਉੱਥੋਂ ਆਪਾਂ ਨੂੰ ਰੇਟ ਤਾਂ ਮਿਲਦਾ ਨਹੀਂ, ਹਾਂਜੀ, ਤੇ ਉਵੇਂ ਦੁੱਧ ਪਾਏ ਦਾ ਤਾਂ ਕੋਈ ਫਾਇਦਾ ਹੀ ਨਹੀਂ ਫਿਰ। ਉਹ ਇਸ ਤਰ੍ਹਾਂ ਹੈ ਵੀਰੇ, ਤੁਸੀਂ ਉਹਦੀ ਵੀ ਉਹਨਾਂ ਤੋਂ ਹੀ ਵਧੀਆ ਕਹਿ ਕੇ ਲਿਜਾਂਦੇ ਜਿਹਨਾਂ ਕੋਲੇ ਕੋਈ ਕੁਆਂਟਲ ਦੁੱਧ ਹੁੰਦਾ, ਜਿਹਦੇ ਕੋਲੇ ਹੁਣ ਜ਼ਿਮੀਂਦਾਰ ਕੋਲੇ ਦੁੱਧ ਹੀ 20 ਕਿਲੋ ਆ, ਉਹਨੂੰ ਕਿਸੇ ਨੇ ਨਹੀਂ ਰੇਟ ਦੇਣਾ, ਇਹ ਤਾਂ ਵੀ ਉਹ ਹੈ, ਇਹ ਤਾਂ ਬਣੀ ਹੈ, ਪਤਾ ਹੀ ਹੈ। ਜਿਹਦੇ ਕੋਲੇ ਹੁਣ ਕੁਆਂਟਲ ਦੁੱਧ ਘੱਟੋ ਘੱਟ ਹੈਗਾ, ਉਹਨੂੰ ਲਾਲਚ ਬਣ ਜਾਂਦਾ ਦੋਧੀ ਨੂੰ, ਉਹ ਵੀ ਤੁਹਾਨੂੰ ਰੇਟ ਦੇ ਦਿੰਦਾ, ਜੇ ਤੋ ਚਲੋ 1-2 ਰੁਪਿਆ ਤਾਂ ਇੱਧਰ ਉੱਧਰ ਹੁੰਦਾ ਹੀ ਆ ਸਾਰਾ, ਤੇ ਪਰ ਜੇ ਵਧੀਆ ਦੁੱਧ ਲੈਣਾ ਤਾਂ ਫਿਰ ਘੱਟੋ ਘੱਟ 1 ਕੁਆਂਟਲ ਦੁੱਧ ਹੋਣਾ ਚਾਹੀਦਾ, ਵਧੀਆ ਰੇਟ ਲੈਣਾ ਤਾਂ। ਨਹੀਂ, ਵਧੀਆ ਰੇਟ ਤੋਂ ਕਹਿਣ ਦਾ ਮਤਲਬ ਕੀ ਹੈ ਵੀ ਆਪਾਂ ਨੂੰ ਇੰਨਾ ਕੁ ਰੇਟ ਮਿਲੇ ਤਾਂ ਜਿਹਦੇ ਕਰਕੇ ਆਪਾਂ ਨੂੰ ਵੀ ਫਾਇਦਾ ਹੋਈ ਜਾਵੇ, ਨੁਕਸਾਨ ਨਾ ਹੋਵੇ। ਰੇਟ ਤਾਂ ਵੀਰੇ ਇਸ ਤਰ੍ਹਾਂ ਹੈ ਵੀ ਜੇ ਤਾਂ ਤੁਸੀਂ ਵਧੀਆ ਰੇਟ ਚਾਹੁੰਦੇ ਹੋ ਵੀ ਠੀਕ ਠਾਕ ਆਪਾਂ ਨੂੰ ਬਚਤ ਹੋ ਜਾਏ, ਤਾਂ ਘੱਟੋ ਘੱਟ 40 ਰੁਪਏ ਦੁੱਧ ਦਾ ਰੇਟ ਚਾਹੀਦਾ, ਘੱਟੋ ਘੱਟ 40 ਰੁਪਏ ਚਾਹੀਦਾ, ਘੱਟੋ ਘੱਟ 40 ਰੁਪਏ ਚਾਹੀਦਾ, ਤੇ ਵੱਧ ਤਾਂ ਆਪਾਂ ਲੋੜ ਦੇ ਵੱਧ ਤਾਂ ਜੇ ਤੁਸੀਂ 50-55 ਤੱਕ ਵੇਚ ਦੂੰਗੇ ਤਾਂ ਫਿਰ ਤਾਂ ਬਹੁਤ ਹੀ ਵਧੀਆ ਹੈ, ਪਰ ਘੱਟੋ ਘੱਟ 40 ਰੁਪਏ ਰੇਟ ਆਪਾਂ ਨੂੰ ਚਾਹੀਦਾ ਹੈ ਜੇ ਕੁਛ ਬਚਤ ਕਰਨੀ ਹੈ। ਤੇ ਆਪਾਂ ਡੇਅਰੀ ਫਾਰਮ ਦੇ ਵਿੱਚ ਨੁਕਸਾਨ ਵੀ ਵੇਖਿਆ ਕੋਈ? ਬਹੁਤ, ਉਹ ਵੀ ਸ਼ੇਅਰ ਕਰੋ ਮਾੜਾ ਜਿਹਾ ਵੀ ਕੀ ਇਹਦੇ ਵਿੱਚ ਨੁਕਸਾਨ ਹੋ ਸਕਦੇ ਆ ਤੇ ਕਿਵੇਂ ਇਹਨਾਂ ਤੋਂ ਬਚਿਆ ਕਿਵੇਂ ਜਾ ਸਕਦਾ। ਨੁਕਸਾਨ ਤਾਂ ਇਸ ਤਰ੍ਹਾਂ ਵੀ, ਸਭ ਤੋਂ ਪਹਿਲਾਂ ਜਿਹੜਾ ਆਮ ਆਪਣੇ ਜ਼ਿਮੀਂਦਾਰਾਂ ਦੇ ਜਾਂ ਸਾਰਿਆਂ ਦੇ ਘਰਾਂ 'ਚ ਆਉਂਦਾ, ਉਹ ਮਸਟਾਈਟਸ ਹੀ ਹੁੰਦਾ। ਹਾਂਜੀ, ਸਾਰਿਆਂ ਨੂੰ ਪਹਿਲਾਂ ਮਸਟਾਈਟਸ ਹੁੰਦਾ, ਫਿਰ ਉਹਦੇ 'ਚ ਨਰਕਾਉ ਸਿਮਡਰਮ ਆ ਜਾਂਦਾ, ਨੈਗੇਟਿਵ ਐਨਰਜੀ ਆ ਜਾਂਦੀ ਹੈ ਜਾਂ ਇਹੋ ਜਿਹੇ ਹੋਰ ਵੀ ਰੋਗ ਆ ਜਾਂਦੇ ਆ। ਮਸਟਾਈਟਸ ਦਾ ਤਾਂ ਇਸ ਤਰ੍ਹਾਂ ਹੈ ਵੀ ਪਹਿਲਾਂ ਮਸਟਾਈਟਸ ਬਹੁਤ ਹੁੰਦਾ ਰਿਹਾ, ਹੁਣ ਪਿਛਲੇ ਸ਼ਾਇਦ 2 ਸਾਲ ਤਾਂ ਦਿਮਾਗ 'ਚ ਹੀ ਹੈ, ਉਸ ਤੋਂ ਪਹਿਲਾਂ ਵੀ ਸ਼ਾਇਦ ਕੋਈ ਸਮਾਂ ਲੰਘਿਆ ਹੋਵੇ ਤਾਂ ਮਸਟਾਈਟਸ ਆਪਣੇ ਕੋਲ ਨਹੀਂ ਹੋਇਆ। ਵੈਸੇ ਤਾਂ ਇਹੀ ਹੈ ਵੀ ਮੇਨ ਜਿਹੜਾ ਇਹ ਜ਼ਿਮੀਂਦਾਰ ਨੂੰ ਤਾਂ ਜਾਣੀ ਇਹੀ ਸਲਾਹ ਹੈ ਵੀ ਜਦੋਂ ਤੁਸੀਂ ਮਿਲਕਿੰਗ ਕਰਦੇ ਹੋ, ਕੱਢਦੇ ਹੋ ਗਾਂ ਦਾ ਜਾਂ ਮੱਝ ਦਾ ਦੁੱਧ, ਤਾਂ ਉਹਨੂੰ ਫਿਰ ਫੀਡ ਪੱਠਾ ਜਿਹੜਾ ਉਦੋਂ ਬਾਅਦ 'ਚ ਹੀ ਪਾਓ ਤੁਸੀਂ, ਉਹ ਘੱਟੋ ਘੱਟ 1/2 ਘੰਟਾ ਖੜ ਜੂਗਾ ਤੁਹਾਨੂੰ, ਹਾਂਜੀ, ਬਾਅਦ 'ਚ ਫੀਡ ਪੱਠਾ ਜੋ ਵੀ ਤੁਸੀਂ ਪਾਉਣਾ ਚਾਹੁੰਦੇ ਹੋ ਦੁੱਧ ਚੋ ਕੇ ਉਹਨੂੰ ਬਾਅਦ 'ਚ ਪਾਓ, ਵੀ ਘੱਟੋ ਘੱਟ 1/2 ਘੰਟਾ ਖੜ ਜਾਵੇ ਤੁਹਾਡੀ ਉਹ ਗੰਦੀ ਮੰਦੀ ਜਾਂ ਫਰਸ਼ 'ਤੇ ਕਿਤੇ ਨਾ ਬੈਠੇ, ਤਾਂ ਫਿਰ ਉਹਦੇ ਜਿਹੜੇ ਰੋਮ ਹੈ ਉਹ ਮਤਲਬ ਨਹੀਂ ਖੁੱਲੇ ਹੁੰਦੇ ਤਾਂ ਉਹ ਥੋੜ੍ਹਾ ਜਿਹਾ ਕਿਓਰ ਹੁੰਦਾ। ਅਤੇ ਜਿਹੜਾ ਤੁਹਾਡਾ 20+ ਐਨੀਮਲ ਹੈ ਉਹਨੂੰ ਜ਼ਰੂਰਤ ਹੈ ਵੀ ਛੋਟੀ ਜਿਹੀ ਇੱਕ ਮੈਂ ਕਮਿਸਟ ਤੋਂ ਮਿਲਦੀ ਹੈ, ਜੇ ਆਮ ਚਲੋ ਜ਼ਿਆਦਾ ਡਿਪ ਡੁੱਪ ਤਾਂ ਨਹੀਂ ਫਾਰਮਰ ਕਰ ਸਕਦਾ, ਜਿਹੜਾ ਜ਼ਿਮੀਂਦਾਰ ਉਹਨੂੰ ਕਿੱਥੋਂ ਲਿਆਊਗਾ ਡਿੱਪਰ ਤਾਂ ਇੰਨਾ ਪੰਗਾ, ਉਹ ਇੱਕ ਮਸਟੀਲੇਪ ਮਿਲ ਜਾਂਦੀ ਟਿਊਬ, ਮਸਟੀਲੇਪ ਟਿਊਬ ਲਿਆ ਕੇ ਤੁਸੀਂ ਉਹਦੀ ਮਿਲਕਿੰਗ ਕਰਕੇ ਦੁੱਧ ਚੋ ਕੇ ਉਹਦਾ ਅਤੇ ਥੋੜ੍ਹੀ ਥੋੜ੍ਹੀ ਟਿਊਬ ਉਹਦੀਆਂ ਨਿੱਪਲਾਂ 'ਤੇ ਬਸ ਥੱਲੇ ਲਾ ਦਿਉ ਸੁਰਾਖ, ਉਹਦੇ ਨਾਲ ਬਹੁਤ ਕਿਓਰਟੀ ਹੋ ਜਾਂਦੀ ਹੈ। ਇੱਕ ਆਮ ਘਰ ਦੀ ਹੈ ਵੀ 20 ਕਿਲੋ ਵਾਲਾ ਜਿਹੜਾ ਪਸ਼ੂ ਹੈ ਉਹਨੂੰ ਤਾਂ ਇਹ ਜ਼ਰੂਰ ਲਾਉਣੀ ਚਾਹੀਦੀ ਹੈ, ਇੱਕ ਪਸ਼ੂ 'ਤੇ ਮੈਨੂੰ ਲੱਗਦਾ 2-4 ਮਹੀਨੇ ਚੱਲ ਜੂਗੀ ਬੜੀ ਸੌਖੀ। ਅਤੇ ਇੱਕ ਮੈਂ ਵੇਖਿਆ ਸੀ ਤੁਸੀਂ ਜਿਹੜੇ ਪੱਠੇ ਸੀ ਉਹ ਸਿੱਧੇ ਹੀ ਪਾਈ ਜਾਂਦੇ ਸੀ ਬਿਨਾਂ ਅਣਕੁਤਰੇ ਵਗੈਰਾ, ਹਾਂਜੀ, ਵੀ ਇਹ ਕੀ ਸਿਸਟਮ ਤੁਸੀਂ? ਇਹਦੇ 'ਚ ਵੀਰੇ ਐਂ ਆ ਵੀ ਜਿਹੜਾ ਆਪਾਂ ਸਾਬਤਾ ਪਾਉਂਦੇ ਉਹ ਮੱਖਣ ਗਰਾਸ ਹੈਗਾ, ਅਤੇ ਉਹਦਾ ਸਾਬਤੇ ਦਾ ਜਾਣੀ ਇਹ ਹੈ ਵੀ ਇਨਟੇਕ ਜ਼ਿਆਦਾ ਹੈ ਜਾਨਵਰ ਦਾ, ਉਹਨੂੰ ਜ਼ਿਆਦਾ ਖਾਂਦਾ ਪਸ਼ੂ, ਕੁਤਰੇਵੇ ਪੱਠਿਆਂ ਨੂੰ ਬਹੁਤ ਘੱਟ ਖਾਂਦਾ ਹੈ, ਅਤੇ ਕੁਤਰੇਵਿਆਂ ਨਾਲ ਮੋਕ ਦੀ ਜਾਂ ਕਹਿ ਲਓ ਜਾਂ ਆਪਾਂ ਕਹਿ ਲਈਏ ਡਾਇਰੀਏ ਵਗੈਰਾ ਦੀ ਪ੍ਰੋਬਲਮ ਜਿਹੜੀ ਉਹ ਆ ਜਾਂਦੀ ਹੈ। ਮੇਨਲੀ ਤਾਂ ਇਨਟੇਕ ਹੁੰਦਾ, ਅਸੀਂ ਜ਼ਿਆਦਾ ਖਵਾਉਣਾ ਚਾਹੁੰਦੇ ਹਾਂ ਵੀ ਤਾਂ ਉਹਨੂੰ ਸਾਬਤ ਪਾਉਂਦੇ ਹਾਂ, ਹੋਰ ਕੁਛ ਨਹੀਂ। ਅਤੇ ਲਓ ਜੀ, ਜਿਹੜੀਆਂ ਮੇਨ ਗੱਲਾਂ ਸੀ ਹੈ ਨਾ ਨਿੱਕੀਆਂ ਉਹ ਆਪਾਂ ਲਗਭਗ ਕਰ ਲਈਆਂ, ਅਤੇ ਬਾਕੀ ਜਿਹੜੀਆਂ ਗੱਲਾਂ ਰਹਿ ਗਈਆਂ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ। ਅਤੇ ਜੇ ਕਿਸੇ ਵੀਰ ਨੂੰ ਡੇਅਰੀ ਫਾਰਮ ਦੀ ਜਾਣਕਾਰੀ ਵੀ ਚਾਹੀਦੀ ਹੋਵੇ, ਕਿਉਂਕਿ ਬਹੁਤ ਸਾਰੇ ਫੋਨ ਆਉਂਦੇ ਆ ਜਿਹੜੇ ਬਾਈ ਨਵਾਂ ਡੇਅਰੀ ਫਾਰਮ ਸ਼ੁਰੂ ਕਰਨਾ ਚਾਹੁੰਦੇ ਆ, ਅਤੇ ਮੈਂ ਤਾਂ ਆਪ ਕਹਿੰਦਾ ਮੈਨੂੰ ਵੀ ਇੰਨੀ ਨੌਲੇਜ ਹੈ ਨਹੀਂ ਗੀ,
ਤੇ ਇਸ ਕਰਕੇ ਆਪਾਂ ਬਾਈ ਜੀ ਹੋਰਾਂ ਦਾ ਨੰਬਰ ਤੁਹਾਨੂੰ ਸਕਰੀਨ ਤੇ ਦੇ ਦਾਂਗੇ ਤੇ ਬਾਈ ਜੀ ਇੱਕ ਵਾਰੀ ਬੋਲ ਕੇ ਵੀ ਆਪਣਾ ਨੰਬਰ ਤੁਸੀਂ ਦੱਸ ਦਿਓ ਤੇ ਕਾਲ ਵੀ ਦੱਸ ਦਿਓ ਵੀ ਕਿਹੜੇ ਟਾਈਮ ਤੋਂ ਲੈ ਕੇ ਕਿੰਨੇ ਵਜੇ ਤੱਕ ਬੰਦਾ ਕੋਈ ਕਾਲ ਕਰ ਸਕਦਾ। ਨੰਬਰ ਵੀਰੇ ਹੈਗਾ 82907 20 290 90 ਬਾਕੀ ਜਿਹੜੀਆਂ ਗੱਲਾਂ ਰਹਿ ਗਈਆਂ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਤੇ ਇਹ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਇਹਨੂੰ ਸ਼ੇਅਰ ਜ਼ਰੂਰ ਕਰਿਓ ਆਪਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਹੋ ਜਿਹੀਆਂ ਵੀਡੀਓ ਦੇਖਣ ਵਾਸਤੇ ਤੇ ਬਾਕੀ ਆਪਾਂ ਤੁਹਾਨੂੰ ਦੱਸਿਆ ਸੀ ਤੁਸੀਂ ਸਾਨੂੰ ਇੰਸਟਾ 'ਤੇ ਵੀ ਫੋਲੋ ਕਰ ਸਕਦੇ ਹੋ ਤੇ ਵਟਸਐਪ 'ਤੇ ਵੀ ਕੰਟੈਕਟ ਕਰ ਸਕਦੇ ਹੋ ਤੇ ਮਿਲਦੇ ਹਾਂ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ।